ਸਤਿ ਸ੍ਰੀ ਅਕਾਲ ਦੋਸਤੋ ਨਿਪੱਖ ਪੋਸਟ ਦੇਖਦੇ ਸਾਡੀ ਦਸ਼ਕਾਂ ਦਾ ਸਵਾਗਤ ਹੈ ਡੋਨਲਡ 트੍ਰੰਪ ਜੋ ਕਿ ਭਾਰਤ ਦੇ ਦੋਦੇ ਤੇ ਆ ਰਹੇ ਨੇ 24 ਫਰਵਰੀ ਨੂੰ ਡੋਨਲਡ 트੍ਰੰਪ ਭਾਰਤ ਵਿੱਚ ਪਹੁੰਚ ਜਾਣਗੇ ਅਹਮਦਾਬਾਦ ਦੇ ਵਿੱਚ ਡੋਨਲਡ 트੍ਰੰਪ ਦੀ ਲੈ ਕੇ ਉਸ ਨੂੰ ਤਿਆਰੀਆਂ ਜੋ ਨੇ ਉਹ ਲਗਭਗ ਚੱਲ ਰਹੀਆਂ ਨੇ ਤੇ ਇੱਕ ਦੋ ਦਿਨ ਵਿੱਚ ਤਿਆਰੀਆਂ ਪੂਰੀਆਂ ਵੀ ਹੋ ਜਾਣਗੀਆਂ ਤਾਂ ਅੰਦਾਜ਼ਾ ਜੀ ਕਿ ਅਹਮਦਾਬਾਦ ਵਿੱਚ ਜਦੋਂ ਡੋਨਲਡ 트੍ਰੰਪ ਆਉਣਗੇ ਤਾਂ 6 ਘੰਟੇ ਵਾਸਤੇ ਅਹਮਦਾਬਾਦ ਦਾ 에ਰਪੋਰਟ ਜੋ ਹੈ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਇੱਕ ਹੋਰ ਬੜੀ ਹੀ ਸ਼ਰਮਨਾਕ ਆਪਾਂ ਕਹਿ ਸਕਦੇ ਹਾਂ ਘਟਨਾ ਸਾਹਮਣੇ ਆਈ ਹੈ ਕਿ ਜਿਹੜੇ ਮਿੰਟੋਦਾ ਸਟੇਡੀਅਮ ਦੇ ਵਿੱਚ ਡੋਨਲਡ ਟਰੰਪ ਨੇ ਜਾਣਾ ਉਸ ਤੋਂ ਲਗਭਗ 1.5 ਕਿਲੋਮੀਟਰ ਦੂਤ ਤੇ ਝੁੱਗੀਆਂ ਸਨ ਝੁੱਗੀਆਂ ਵਾਲੇ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਤੁਸੀਂ 24 ਘੰਟੇ ਦੇ ਅੰਦਰ ਅੰਦਰ ਝੁੱਗੀਆਂ ਖਾਲੀ ਕਰ ਦਿਓ ਖਾਲੀ ਕਰਨੀ ਵਜ੍ਹਾ ਇਹ ਹੈ ਕਿ ਸ਼ਾਇਦ ਡੋਨਲਡ ਟਰੰਪ ਉਹ ਝੁੱਗੀਆਂ ਨੂੰ ਦੇਖ ਨਾ ਲੈਣ ਜਾਂ ਕਹਿ દઈએ ਕਿ ਆਪਾਂ ਹਿੰਦੁਸਤਾਨ ਦੀ ਗਰੀਬੀ ਨੂੰ ਉਹ ਦੇਖ ਨਾ ਲੈਣ ਇਸ ਲਈ ਉਹ ਝੁੱਗੀਆਂ ਖਾਲੀ ਕਰਾਈ ਜਾ ਰਹੀਆਂ ਨੇ ਉੱਥੇ ਦੇ ਲੋਕਾਂ ਦਾ ਵੋਟਰ ਕਾਰਡ ਵੀ ਹੈ ਆਧਾਰ ਕਾਰਡ ਵੀ ਹੈ ਪਰ ਉਸ ਦੇ ਬਾਵਜੂਦ ਵੀ ਇਹ ਝੁੱਗੀਆਂ ਖਾਲੀ ਕਰਾਈ ਜਾਂਦੀਆਂ ਨੇ ਡੋਨਲਡ ਟਰੰਪ ਦੇ ਇਸ ਦੋਦੇ ਉੱਪਰ ਕੁਝਦਾ ਸਰਕਾਰ ਨੇ ਜਾਂ ਕਹਿਦੀ ਹੈ ਕੇਂਦਰ ਸਰਕਾਰ ਨੇ ਮਿਲ ਕੇ 100 ਕਰੋੜ ਰੁਪਏ ਸੜਕਾਂ ਦੇ ਉੱਤੇ ਖਰਚ ਕੀਤਾ ਹੈ ਸੜਕਾਂ ਜਿਹੜੀਆਂ ਖੂਬਸੂਰਤ ਦਿਖਾਈ ਦੇਣ ਕਿਤੇ ਕੋਈ ਵੀ ਕੱਚਦਾ ਜਾਂ ਗੰਦ ਨਾ ਹੋਵੇ ਜੇ 100 ਕਰੋੜ ਰੁਪਏ ਸੜਕਾਂ ਤੇ ਖਰਚ ਕੀਤਾ ਗਿਆ ਇਸ ਦਾ ਮਤਲਬ ਕਿ ਉੱਥੇ ਜਿਹੜੀਆਂ ਸੜਕਾਂ ਨੇ ਉਹ ਸਾਫ਼ ਸੁਥਰੀਆਂ ਨਹੀਂ ਹਨ ਕਿ ਉੱਥੇ ਜੋ ਮੋਦੀ ਸਰਕਾਰ ਨੇ ਸਵੱਛ ਅਭਿਆਨ ਚਲਾਇਆ ਸੀ ਉਹ ਕੀ ਉੱਥੇ ਸਵੱਛ ਬਿਹਾਨ ਦਾ ਜੋ ਉਹਨਾਂ ਨੇ ਫਾਰਮੂਲਾ ਲਾਗੂ ਨਹੀਂ ਕੀਤਾ ਸਰਕਾਰ ਨੇ ਇਹ ਤਾਂ ਹੁਣ ਦੇਖਣਾ ਹੋਏਗਾ ਕਿਉਂਕਿ 100 ਕਰੋੜ ਰੁਪਈਆ ਸੜਕਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ ਇੱਕ ਹੋਰ ਬੜੀ ਖਬਰ ਇਹ ਵੀ ਹੈ ਕਿ 70 ਲੱਖ ਤੋਂ ਵੱਧ 70 ਲੱਖ ਤੋਂ ਵੱਧ ਅਹਮਦਾਬਾਦ 에어ਪੋਰਟ ਤੋਂ ਜੋ ਮੋਂਟੋਰਾ ਸਟੇਡੀਅਮ ਹੈ ਉੱਥੇ ਜਿਹੜੇ ਨੇ ਉਹ ਬੰਦੇ ਸਵਾਗਤ ਕਰਨਗੇ ਡੋਨਲਡ ਟਰੰਪ ਦਾ ਪਤਾ ਨੂੰ ਸੇ ਇਹ ਦੱਸ ਦਈਏ ਕਿ ਅਹਮਦਾਬਾਦ ਦੀ ਆਬਾਦੀ 55 ਤੋਂ 60 ਲੱਖ ਦੀ ਹੈ ਤੇ 70 ਲੱਖ ਲੋਕ ਆਉਣਗੇ ਕਿੱਥੋਂ ਉਹ ਦੂਸਰੀ ਸਭ ਤੋਂ ਵੱਡੀ ਗੱਲ ਇਹ ਕਿ ਜੇ 70 ਲੱਖ ਉੱਥੇ ਲੋਕ ਸਵਾਗਤ ਕਰਨਗੇ ਜਿਹੜਾ ਸਟੇਡੀਅਮ ਹੈ ਸਟੇਡੀਅਮ ਦੇ ਵਿੱਚ 트ੰਪ ਨੇ ਭਾਸ਼ਣ ਦੇਣਾ ਉਸ ਵਿੱਚ ਬੈਠਣ ਦੀ ਕੰਪੈਸਟੀ ਜਿਹੜੀ ਹੈਗੀ ਆ ਉਹ 1.5 ਤੋਂ 2 ਲੱਖ ਹੈ ਤੇ ਹੁਣ ਜੇ 70 ਲੱਖ ਕਹਿਦੇ ਨੇ ਡੋਨਲਡ 트ੰਪ ਵੀ ਕਹਿਦੇ ਨੇ ਕੀ ਇਹ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਦੀ ਸਵਾਗਤ ਵਾਸਤੇ ਉੱਥੇ ਲੋਕੀ ਹੋਣਗੇ ਪਰ ਉਹਨੂੰ ਕਹਿ ਦਿੱਤਾ ਹੁਣ ਕਰਨਾ ਦਾ ਪੈਣਾ ਹੀ ਹੈ ਪਰ ਕਰਨ ਵਾਸਤੇ ਬੰਦੇ ਕਿੱਥੋਂ ਲੈ ਕੇ ਆਉਣੇ ਨੇ 60 ਲੱਖ ਤੱਕ ਖੁਦਬਾਦੀ ਉਹਨਾਂ ਦੀ ਆਦਨਾਬਾਦੀ ਹੈ ਇਹ ਵੀ ਇੱਕ ਸਵਾਲ ਹੈ ਉਹ ਸਭ ਤੋਂ ਵੱਡਾ ਇੱਕ ਸਵਾਲ ਹੋਵੇ ਕਿ ਪਹਿਲਾਂ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਸੀ ਡੋਨਲਡ ਟਰੰਪ ਜਦੋਂ ਉਹਨਾਂ ਨੇ ਧਿਆਣਾ ਸੀ ਕੇਮਚੋ ਟਰੰਪ ਕੇਮਚੋ ਟਰੰਪ ਮਤਲਬ ਕੀ ਇੱਕ ਭਾਸ਼ਾ ਤੇ ਰੱਖਿਆ ਗਿਆ ਸੀ ਗੁਜਰਾਤ ਦੀ ਭਾਸ਼ਾ ਜਿਹੜਾ ਗੁਜਰਾਤੀ ਹੈ ਕੇਮਚੋ ਜਿਹੜਾ ਵਰਡ ਹੈ ਉਹ ਉੱਥੇ ਹੀ ਹੈ ਸ਼ਬਦ ਜੋ ਹੈ ਉਸ ਨੂੰ ਬਦਲ ਦਿੱਤਾ ਗਿਆ ਹੁਣ ਕਰ ਦਿੱਤਾ ਗਿਆ ਨਮਸਤੇ ਟਰੰਪ ਨਮਸਤੇ ਟਰੰਪ ਤਾਂ ਕੀਤਾ ਗਿਆ ਕਿਉਂਕਿ ਨਮਸਤੇ ਜਿਹੜੀ ਹੈ ਉਹ ਆਪਾਂ ਕਹਿ ਦਈਏ ਕਿ ਇੱਕ ਪੂਰੇ ਹਿੰਦੁਸਤਾਨ ਦੇ ਲੋਕ ਕੀ ਕਰਦੇ ਨੇ ਪਰ ਕੇਮਚੋ ਸਿਵ ਗੁਰਜਾਤ ਵਾਲੇ ਕਰਦੇ ਨੇ ਹੁਣ ਇਹ ਵੀ ਜਿਹੜਾ ਸਲੋਗਨ ਬਦਲ ਦਿੱਤਾ ਗਿਆ ਹੈ ਤਾਂ ਅਗਲੀ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਦੀਵਾਰ ਹੈ ਉੱਥੇ ਬਣਾਈ ਜਾਦੀ ਹੈ ਇੱਕ ਆਪਾਂ ਦੇਖਦੇ ਹਾਂ ਕਿ ਚੀਨ ਦੀ ਦੀਵਾਰ ਬਹੁਤ ਵੱਡੀ ਤੇ ਬਹੁਤ ਲੰਮੀ ਹੈ ਜਦੋਂ ਆਪਾਂ ਚੀਨ ਦੇ ਵਿੱਚ ਜਾਂਦੇ ਹਾਂ ਤਾਂ ਚੀਨੀਆਂ ਮਹਿਸੂਸ ਕਰਦੇ ਨੇ ਕਿ ਸਾਡੀ ਜਿਹੜੀ ਦੀਵਾਰ ਹੈ ਲੋਕੀ ਦੇਖਣ ਆਉਂਦੇ ਨੇ ਉਹਨਾਂ ਦਾ ਮਾਨ ਤੇ ਸਤਿਕਾਰ ਵੱਧਦਾ ਹੈ ਪਰ ਜਿਹੜੀ ਹੁਣ ਅਹਮਦਾਬਾਦ ਵਿੱਚ ਦਿਵਾਰ ਬਣਨ ਜਾ ਰਹੀ ਹੈ ਇੱਕ ਨਾਦਾ ਚੱਲਿਆ ਸੀ ਮੈਂ ਤੁਹਾਨੂੰ ਇੱਕ ਨਾਦਾ ਯਾਦ ਦਿਲਾ ਦਾਂ ਕਿ ਹਿੰਦੁਸਤਾਨ ਦੇ ਵਿੱਚ ਇੱਕ ਨਾਦਾ ਚੱਲਿਆ ਸੀ ਗਰੀਬੀ ਹਟਾਓ ਪਰ ਜਿਸ ਤਿੱਕ ਨਾਲੇ ਦਿਵਾਰ ਬਣਨ ਜਾ ਰਹੀ ਹੈ ਇਸ ਤੋਂ ਲੱਗਦਾ ਕਿ ਗਰੀਬੀ ਲੁਕਾਓ ਗਰੀਬਾਂ ਦੀਆਂ ਚੋਂਪੜੀਆਂ ਲੁਕਾਉਣ ਵਾਸਤੇ 8 ਫੁੱਟ ਦੀ ਦਿਵਾਰ ਜਿਹੜੀ ਉਹ ਅਹਮਦਾਬਾਦ ਵਿੱਚ ਬਣਾਈ ਗਈ ਹੈ ਕਿ ਡੋਨਲਡ ਟਰੰਪ ਉਹਨਾਂ ਦੇਖਣਾ ਲੈਣ ਹੁਣ ਉੱਥੋਂ ਦੇ ਲੋਕ ਜਿਹੜੇ ਗਰੀਬ ਨੇ ਉਹ ਪਰੇਸ਼ਾਨ ਨੇ ਕਿ ਦਿਵਾਰ ਕਿਉਂ ਬਣਾਈ ਗਈ ਹੈ ਪਰ ਹੁਣ ਗਰੀਬੀ ਵੀ ਤਾਂ ਕਿਤੇ ਨਾ ਕਿਤੇ ਲਕਾਉਣੀ ਐ ਹਿੰਦੁਸਤਾਨ ਦੀ ਗਰੀਬੀ ਵੀ ਤਾਂ ਨਹੀਂ ਦਿਖਾਣੀ ਅਮਰੀਕਾ ਨੂੰ ਵੀ ਕਿੰਨੀ ਗਰੀਬੀ ਇੱਥੇ ਇਸ ਲਈ ਉਹ ਦੀਵਾਰ ਬਣਾ ਦਿੱਤੀ ਐ ਕਈਆਂ ਨੋਟਿਸ ਵੀ ਜ਼ਿਆਦੀ ਹੋਏ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਹੀ ਐ ਹੁਣ ਹਿੰਦੁਸਤਾਨ ਵਾਲੇ ਜਿਹੜੀ ਸਰਕਾਰ ਐ ਮੋਦੀ ਸਰਕਾਰ ਤਾਂ ਗਰੀਬ ਉੱਥੇ ਦੀਵਾਰ ਬਣਾ ਕੇ ਗਰੀਬੀ ਲਕਾ ਲਈ ਕਿ ਪਰ ਜਿਹੜਾ ਉੱਥੇ ਡਰੋਨ ਉਡਣਾ ਡੋਨਲਡ ਟਰੰਪ ਨੇ ਉੱਥੇ ਡਰੋਨ ਉਡਾਣਾ ਤਾਂ ਨਹੀਂ ਆਪ ਨਾ ਹੀ ਉਹਨਾਂ ਨੇ ਉੱਥੇ ਉਸ ਸਮੇਂ ਦੇਖਣਾ ਪਰ ਜੋ ਉੱਥੇ ਮੈਦਕਾ ਵੱਲੋਂ ਡਰੋਨ ਆਏਗਾ ਉਹਨਾਂ ਦੀ ਸੁਰੱਖਿਆ ਵੀ ਚਾਹੂਗਾ ਉਹ ਜਦੋਂ ਉੱਡੂਗਾ ਜ ਸੋਚਣ ਵਾਲੀ ਗੱਲ ਹੈ ਕਿ ਉਦੋਂ ਦੀਵਾਰ ਉੱਥੇ ਦਿਖਾਈ ਨਹੀਂ ਦੇਗੀ ਉਹਨਾਂ ਨੂੰ ਇਹ ਬੜਾ ਵੱਡਾ ਸਵਾਲ ਹੈ ਕੱਲ ਨੂੰ ਜੇ ਕਿਤੇ ਵੀ ਹੋ ਕੋਈ ਵੀ ਵਿਦੇਸ਼ ਕੋਈ ਵੀ ਬਾਹਰੋਂ ਦੋਦਾ ਕਰਨਗੇ ਇੱਥੇ ਭੱਤ ਦਾ ਜੇ ਕਿਤੇ ਵੀ ਗਰੀਬੀ ਹੋਏਗੀ ਕਿਸ ਤਿਕਨਲ ਦੀਵਾਰ ਬਣਾ ਦਿੱਤੀ ਜਾਏਗੀ ਆਪਾਂ ਇਹ ਵੀ ਹੋਣ ਚਰਚਾਵਾਂ ਵੀ ਚੱਲ ਗਈਆਂ ਨੇ ਇੱਕ ਦੀਵਾਰ ਦੇ ਜਿਸ ਪਾਸੇ ਚੌਂਪੜੀਆਂ ਬਣੀਆਂ ਨੇ ਉਸ ਨੂੰ ਹਿੰਦੁਸਤਾਨ ਕਿਹਾ ਜਾ ਸਕਦਾ ਉਹ ਦੀਵਾਰ ਤੋਂ ਪਰਲੇ ਪਾਸੇ ਜਿਸ ਜੇ ਬੜੀ ਆਪਾਂ ਸ਼ੋਨੋ ਸ਼ਾਕਤ ਨਾਲ ਆਪਾਂ 트ੰਪ ਨੂੰ ਲੈ ਕੇ ਆਨਾ ਉਸ ਨੂੰ ਇੰਡੀਆ ਵੀ ਕਿਹਾ ਜਾ ਸਕਦਾ ਹੈ ਇਹ ਹੁਣ ਚਰਚਾਾਂ ਮ ਚੱਲ ਗਈਆਂ ਨੇ ਇਸ 'ਤੇ ਬਹੁਤ ਲੰਮੀ ਚਰਚਾ ਹੋ ਸਕਦੀ ਹੈ ਹੁਣ ਅਸੀਂ ਦੂਸਰੀ ਗੱਲ ਹੀ ਖੋਦੇ ਕੀ ਯਮੁਨਾ ਦਾ ਪਾਣੀ ਯਮੁਨਾ ਦਾ ਜਿਹੜਾ ਪਾਣੀ ਬਹੁਤ ਹੀ ਗੰਦਾ ਹੈ ਉਸ 'ਚ ਬਦਬੂ ਮਾਰਦੀ ਹੈ ਤੇ ਗੰਗਾ ਦਾ ਪਾਣੀ ਜੋ ਕਿ ਲਗਭਗ 170 ਕਿਲੋਮੀਟਰ ਹੁਣ ਉਹ ਗੰਗਾ ਤੋਂ ਯਮੁਨਾ ਦੇ ਵਿੱਚ ਪਾਣ ਜਾਦੇ ਨੇ ਇਹ ਇੱਕ ਦੋ ਦਿਨਾਂ ਦੇ ਵਿੱਚ ਗੰਗਾ ਦਾ ਪਾਣੀ ਯਮੁਨਾ ਦੇ ਵਿੱਚ ਆ ਜਾਵੇਗਾ ਯਮੁਨਾ ਦਾ ਪਾਣੀ ਬਹੁਤ ਹੀ ਉੱਥੇ ਬਦਬੂ ਮਾਰਦਾ ਸੀ ਕਦਰ ਆਮ ਲੋਕ ਤਾਂ ਜਾਣਦੇ ਨੇ ਉੱਥੇ ਜਾ ਕੇ ਆਪਾਂ ਤੇ ਤਾਜ ਮਹਿਲ ਦੀਦਾਰ ਕਰਨੇ ਆ ਜਦੋਂ ਜਦੋਂ ਆਪਾਂ ਯਮੁਨਾ ਦੇ ਪਾਸ ਖੜ ਕੇ ਤਾਜ ਮਹਿਲ ਨੂੰ ਦੇਖਦੇ ਹਾਂ ਤਾਂ ਬਹੁਤ ਖੂਬਸੂਰਤ ਦਿਖਾਈ ਦਿੰਦਾ ਪਰ ਟਰੰਪ ਨੇ ਹੁਣ ਇੱਛਾ ਜाहिर ਕਰ ਦਿੱਤੀ ਕਿ ਉਹ ਸ਼ਾਮ ਦੇ ਵਕਤ ਦੇਖਣਾ ਚਾਹੁੰਦੇ ਨੇ ਹੋ ਸਕਦਾ ਕਿ ਜਿਹੜਾ ਵਕਤ ਦੇਖਣਾ ਚਾਹੁੰਦੇ ਤਾਂ ਜੋ ਗੰਗਾ ਦਾ ਪਾਣੀ ਯਾ ਯਮੁਨਾ ਵਿੱਚ ਨਾ ਵੀ ਲਿਆਂਦਾ ਜਾਂਦਾ ਕਿਉਂਕਿ ਟਰੰਪ ਦਾ ਟਰੰਪ ਨੇ ਨਾ ਉਹਨਾਂ ਨੇ ਹੁਣ ਸ਼ਾਮ ਨੂੰ ਕਹਿ ਦਿੱਤਾ ਵੀ ਉਹ ਸ਼ਾਮ ਦੇ ਸਮੇਂ ਉਹ ਦੀਦਾਰ ਕਰਨਾ ਚਾਹੁੰਦੇ ਨੇ ਤਾਜ ਮਹਿਲ ਦਾ ਉਦੋਂ ਯਮੁਨਾ ਤੋਂ ਖੜ ਕੇ ਦੀਦਾਰ ਕਰਨਗੇ ਤੇ ਯਮੁਨਾ ਵਿੱਚ ਬਦਬੂ ਹੈ ਤੇ ਉਸ ਨੂੰ ਸਾਫ਼ ਕਰਨ ਵਾਸਤੇ ਜਿਹੜਾ ਉਹ ਗੰਗਾ ਦਾ ਪਾਣੀ ਹੁਣ ਯਮਨਾ ਦੇ ਵਿੱਚ ਲੈ ਕੇ ਆ ਰਹੇ ਨੇ ਤਾਂ ਠੀਕ ਹੈ 트럼ਪ ਸਾਹਿਬ ਇਥੇ ਆਦੇ ਨੇ ਸਾਨੂੰ ਮਹਿਮਾਨ ਨੇ ਸਾਡੇ ਮਹਿਮਾਨਵਾਜੀ ਵੀ ਕਰਨੀ ਚਾਹੀਦੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿਸ ਤਿੱਕੇ ਨਾਲ ਸਾਦਾ ਸਰਕਾਰ ਕਰ ਰਹੀ ਹੈ ਇੱਕ ਪ੍ਰੋਜੈਕਟ ਪੇਸ਼ ਕਰਨ ਜਾ ਰਹੀ ਹੈ ਕਿਤੇ ਨਾ ਕਿਤੇ ਇਸ ਵਿੱਚ ਇਹ ਵੀ ਆਉਂਦਾ ਕਿ ਜਿਹੜੇ ਆਮ ਲੋਕ ਨੇ ਜਿਹੜੇ ਭਾਤ ਦੇ ਆਮ ਨਾਗਰਿਕ ਨੇ ਉਹਨਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਜੋ ਅਸਲੀਅਤ ਉਹ ਦਿਖਾਈ ਨਹੀਂ ਜਾਦੀ ਹੁਣ ਇੱਕ ਸਵਾਲ ਹੋਰ ਵੀ ਇੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜਿਹੜੀ ਮਲਾਨੀਆ ਟਰੰਪ ਹੈ ਡੋਨਲਡ ਟਰੰਪ ਦੇ ਵਾਈਫ ਨੇ ਪਤਨੀ ਨੇ ਉਹਨਾਂ ਨੇ ਇੱਕ ਹੋਰ ਇੱਛਾ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਕੇਜਰੀਵਾਲ ਦੇ ਸਰਕਾਰੀ ਸਕੂਲ ਜੋ ਉਹਨਾਂ ਨੇ ਬਣਾਏ ਸੀ ਉਹ ਦੇਖਣਾ ਚਾਹੁੰਦੇ ਨੇ ਹੁਣ 25 ਤਰੀਕ ਨੂੰ ਤਿਕਰਿਬਨ ਇੱਕ ਘੰਟਾ ਜਿਹੜਾ ਸਮਾਂ ਹੈ ਉਹ ਦਿੱਲੀ ਦੇ ਸਰਕਾਰੀ ਸਕੂਲ ਦੇ ਵਿੱਚ ਡੋਨਲਡ ਟਰੰਪ ਦੇ ਜਿਹੜੀ ਪਤਨੀ ਹੈ ਉਹ ਰਹਿਣਗੇ ਉੱਥੇ ਕਿਉਂਕਿ ਸਰਕਾਰ ਨੇ ਵੀ ਪੂਰੇ ਦੁਨੀਆ ਵਿੱਚ ਇਹ ਕਿਹਾ ਸੀ ਕਿ ਜਿਹੜਾ ਸਾਡੇ ਸਕੂਲ ਆ ਸਕੂਲ ਜਿਹੜਾ ਹੈਗਾ ਬਾਕੀ ਦੁਨੀਆ ਦੇ ਸਕੂਲਾਂ ਨੂੰ maat ਪਾਉਂਦਾ ਹੈ ਬਹੁਤ ਵਧੀਆ ਸਕੂਲ ਬਣਾਏ ਨੇ ਇਸ ਚੀਜ਼ ਦੀ ਚਰਚਾ ਕਾਫੀ ਰਹੀ ਹੈ ਵਿਰੋਧੀ ਧਿਰ ਵੀ ਚਾਹੇ ਕਹਿੰਦੇ ਰਹੇ ਨੇ ਕਿ ਜਿਹੜਾ ਸਕੂਲ ਹੈ ਉਹ ਇੰਨੇ ਵਧੀਆ ਨਹੀਂ ਬਣਿਆ ਪਹਿਣ ਇਲੈਕਸ਼ਨ ਹੋ ਕੇ ਗਏ ਨੇ ਇਲੈਕਸ਼ਨ ਜੱਭਾ ਜਿਵੇਂ ਦੇਖਿਆ ਹੰਸਾਂ ਹੰਸ ਹੋ ਗਏ ਜੋ ਕਿ ਭਾਜੀਪੀ ਦੇ ਐਮਪੀ ਨੇ ਦਿੱਲੀ ਤੋਂ ਉਹਨਾਂ ਨੇ ਵੀ ਗੱਲ ਕਹੀ ਕਹੀ ਸੀ ਜਾ ਕੇ ਸ਼ਾਇਦ ਉਹਨਾਂ ਨੂੰ ਵੀਡੀਓ ਵੀ ਯਾਦ ਹੋਣਾ ਕਿ ਆ ਦੇਖੋ ਸਕੂਲਾਂ ਦਾ ਹਾਲ ਕਿਹੋ ਜਿਹਾ ਪਰ ਹੁਣ ਉਹਨਾਂ ਨੇ ਇੱਛਾ ਦਾ ਜਾਹਿਰ ਕੀਤੀ ਹੈ ਡੋਨਲਡ 트럼ਪ ਦੀ ਵਾਈਫ ਨੇ ਇੱਛਾ ਦਾ ਜ਼ਾਹਿਰ ਕੀਤੀ ਹੈ ਕਿ ਉਹ ਜਾ ਕੇ ਸਕੂਲਾਂ ਦੇਖਣਾ ਚਾਹੁੰਦੇ ਨੇ ਤੇ ਇੱਕ ਘੰਟਾ ਉੱਥੇ ਬਤਾਉਣਗੇ ਸੂਤਰਾਂ ਦੇ ਮੁਤਾਬਿਕ ਇਹ ਵੀ ਖਬਰ ਆਈ ਹੈ ਕਿ ਮਨੀਸ਼ ਸਸੋਦੀਆ ਤੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਸਵਾਗਤ ਕਰਨਗੇ ਤੇ ਉਹਨਾਂ ਨੂੰ ਪੂਰਾ ਦਿੱਲੀ ਦਾ ਜਿਹੜਾ ਮਾਡਲ ਹੈ ਜੋ ਸਕੂਲਾਂ ਦਾ ਉਹ ਦਿਖਾਉਣਗੇ ਬਹੁਤ ਚੰਗੀ ਗੱਲ ਹੈ ਹੁਣ ਵਿਰੋਧੀ ਤੇ ਅਰਵਿੰਦ ਸਚੀ ਨੂੰ ਲੈ ਕੇ ਥੋੜਾ ਜਿਹਾ ਨਰਾਇਬਾ ਚੱਲ ਰਹੇ ਨੇ ਕਿ ਠੀਕ ਆ ਸਕੂਲ ਦੇਖਣ ਤਾਂ ਦੇ ਨੇ ਪਰ ਕੇਜਰੀਵਾਲ ਦੇ ਸਕੂਲ ਕਿਉਂ ਇਸ ਤੇ ਵੀ ਚਰਚਾ ਛਿੜ ਗਈ ਹੈ ਕਿਉਂਕਿ ਐਮਸੀਡੀ ਦੇ ਵੀ ਉੱਥੇ ਸਕੂਲ ਹੈਗੇ ਨੇ ਉਹ ਦੇਖਣ ਲਈ ਨਹੀਂ ਆਦੇ ਇਹ ਵੀ ਸਵਾਲ ਹੈ ਉਹ ਦੇਖਣ ਆ ਰਹੇ ਨੇ ਕੇਜਰੀਵਾਲ ਦੇ ਸਕੂਲ ਐਮਸੀਡੀ ਕੋਲ ਜੋ ਕਿ ਬੀਜੇਪੀ ਦੇ ਅੰਡਰ ਆਉਂਦੀ ਹੈ ਉਹਨਾਂ ਦੇ ਵੀ ਸਕੂਲ ਹੈਗੇ ਨੇ ਇੱਥੇ ਉਹਨਾਂ ਦੀ ਇੱਛਾ ਜ਼ਾਹਿਰ ਨਹੀਂ ਕੀਤੀ ਐ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਹੈ ਹੁਣ ਹੁਣ ਜਿਵੇਂ ਤਿੰਨੇ ਖਬਰਾਂ ਯਮੁਨਾ ਦੇ ਪਾਣੀ ਦੀ ਗੱਲ ਕਰ ਲਈਏ ਚਾਹੇ ਦੀਵਾਰ ਦੀ ਗੱਲ ਕਰ ਲਈਏ ਚਾਹੇ ਡੋਨਲਡ ਟਰੰਪ ਦੀ ਪਤਨੀ ਦੀ ਗੱਲ ਕਰ ਲਈਏ ਜਿਸ ਤਿੱਕਿਆਂ ਉਹਨਾਂ ਨੇ ਸਕੂਲ ਦੇਖਣ ਦੀ ਜ਼ਾਹਿਰ ਕੀਤੀ ਐ 100 ਕਰੋੜ ਰੁਪਏ ਤੁਹਾਨੂੰ ਮੈਂ ਕਿਹਾ ਵੀ 3 ਘੰਟੇ ਦਾ ਜਿਹੜਾ ਹੈਗਾ ਡੋਨਲਡ ਟਰੰਪ ਜੋ ਉੱਥੇ ਰਹਿਣ ਗਿਆ ਅੰਬਦਾਬਾ ਦੇ ਵਿੱਚ 100 ਕਰੋੜ ਰੁਪਏ ਦਾ ਜਿਹੜਾ ਉਹ ਖਰਚਾ ਆਊਗਾ ਤਾਂ ਕਿڑی ਦੀਵਾਰ ਨੂੰ ਲੈ ਕੇ ਸਮੇਂ ਕਾਫੀ ਚਰਚਾ ਚੱਲੀ ਹੋਈ ਹੈ ਤੇ ਹੁਣ ਦੀਵਾਰ ਨੂੰ ਲੈ ਕੇ ਵੀ ਅਲੱਗ-ਅਲੱਗ ਜਿਹੜੇ ਸਿਆਸੀ ਪਾਰਟੀਆਂ ਨੇ ਵੀ ਇੱਥੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਨੇ ਕਿ ਦੀਵਾਰ ਨਹੀਂ ਬੰਨੀ ਚਾਹੀਦੀ ਸੀ ਉਥੇ ਗਰੀਬਾਂ ਨੂੰ ਉਹਲੇ ਨਹੀਂ ਕਰਨਾ ਚਾਹੀਦਾ ਸੀ ਦੀਵਾਰ ਤੋਂ ਕਿਉਂਕਿ ਉਹ ਵੀ ਦੇਸ਼ ਦੇ ਨਾਗਰਿਕ ਨੇ ਉਹ ਵੀ ਦੇਸ਼ ਦੇ ਨਾਗਰਿਕ ਨੇ ਉਹ ਵੀ ਦੇਸ਼ ਦਾ ਪਵਿੱਖ ਨੇ ਪੱਜੇ ਦੀਵਾਰ ਤੇ ਉਹਲੇ ਤੁਸੀਂ ਇਹ ਕਰ ਦੋਗੇ ਤਾਂ ਹੋਰ ਕਿਤੇ ਵੀ ਕੱਲ ਨੂੰ ਫਿਰ ਜੇ ਕੋਈ ਮਹਿਮਾਨ ਆਉਂਦਾ ਤੁਸੀਂ ਉੱਥੇ ਵੀ ਦੀਵਾਰ ਬਣਾਓਗੇ ਕੱਲ ਨੂੰ ਪੰਜਾਬ ਚ ਕੋਈ ਆਉਂਦਾ ਪੰਜਾਬ ਦੇ ਵਿੱਚ ਤਾਂ ਝੋਕੜ ਝੁੱਗੀਆਂ ਹੈਗੀਆਂ ਨੇ ਕਿ ਤੁਸੀਂ ਇੱਥੇ ਵੀ ਦੀ ਆਵਾਜ਼ ਬਣਾਉਂਗੇ ਜਾ ਕੇ ਤੁਸੀਂ ਬੰਗਾਲ ਦੇ ਵਿੱਚ ਜਾਨੇ ਬੰਗਾਲ ਦੇ ਵਿੱਚ ਵੀ ਝੁੱਗੀਆਂ ਹੈਗੀਆਂ ਨੇ ਫਿਰ ਉੱਥੇ ਵੀ ਦੀ ਆਵਾਜ਼ ਬਣਾਈ ਜਾਏਗੀ ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਤਾਂ ਫਿਰ ਮੁਲਾਕਾਤ ਕਰਾਂਗੇ ਤੁਹਾਡਾ ਨਾਲ ਹੋ ਨਵੀਆਂ ਖਬਰਾਂ ਲੈ ਕੇ ਜਾਂ ਹੋ ਨਵੀਆਂ ਗੱਲਾਂ ਦੇ ਚਚਾਵਾਂ ਕਰਾਂਗੇ ਧੰਨਵਾਦ